ਲੱਛਾਂ ਵੀ ਬੜੀਆਂ ਹੋਈਆਂ ਹਨ ਤੇ ਜਦੋਂ ਪੈਦਲ ਚੱਲਦਾ ਹੈ ਨਾ ਕਾਫਲਾ ਬੀਬੀਆਂ ਤੁਰਦੀਆਂ ਹਨ ਬੰਦਿਆਂ ਦੇ ਵਿੱਚ ਹੀ ਉਹਨਾਂ ਥੱਕ ਜਾਣਾ ਬੱਚਾ ਕੁਛੜੋ ਲਾਣਾ ਤੇ ਛਰਕ ਦੇ ਨਾਲ ਥੋੜਾ ਜਿਹਾ ਪਿਛਾਂ ਕਰਕੇ ਛੱਡ ਜਾਣਾ ਆਪਣਾ ਬੱਚਾ ਆਪਣਾ ਬੱਚਾ ਖੁਦ ਆਪਣਾ ਜੰਮਿਆ ਬੱਚਾ ਤੇ ਕਾਫਲੇ ਦੇ ਨਾਲ ਚੱਲ ਰਿਹਾ ਥੱਕ ਜਾਂਦੀਆਂ ਹਨ ਟੁਰਦੇ ਬੜੇ ਹਨ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ ਰਿਸ਼ਤੇਦਾਰਾਂ ਦਾ ਪਿੰਡ ਸ਼ੇਖੂਪੁਰ 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 ਉਸ ਪਿੰਡ ਦੇ ਨਾਂ ਸ਼ੇਖੂਪੁਰ ਸੀ ਹਾਂਜੀ ਉੱਥੇ ਜਾ ਕੇ ਅਸੀਂ ਬੈਠੇ ਉੱਥੇ ਰਾਤ ਨੂੰ ਪਹੁੰਚ ਗਏ ਤੁਸੀਂ ਨਹੀਂ ਜੀ ਸਾਰੀ ਰਾਤ ਚੱਲੇ ਸ਼ਾਮ ਦੇ ਚੱਲੇ ਸਾਰੀ ਰਾਤ ਚੱਲੇ ਅਤੇ 10-11 ਵਜੇ ਫਿਰ ਅਪੜੇ ਹਾਂ ਉੱਥੇ ਪੂਰਾ ਪਿੰਡ ਜਿਹੜਾ ਸੀ ਪੂਰਾ ਪਿੰਡ ਪਾਖਰ ਗ੍ਰਾਹੇ ਮੇਲੂ ਸੌਕੇ ਗਰਮੂਲਾ ਸਾਡਾ ਜ਼ਿਲ੍ਹਾ ਪਾਣੀ ਪੱਤ ਕਰਨਾਲ ਇੱਥੋਂ ਦਾ ਗੁਜਰਾ ਵਾਲਾ ਜੀ ਤੇ ਪੁਰਾਣਾ ਅੱਜ ਤੁਹਾਡੇ ਕੋਲ ਅਸੀਂ 47 ਵੇਲੇ ਦੀਆਂ ਗੱਲਾਂ ਪੁੱਛਣੀਆਂ ਅੱਛਾ ਉਹ ਤੁਸੀਂ ਸਾਨੂੰ ਦੱਸਣੀਆਂ ਜਿਹੜੇ ਜਿਹੜੇ ਤੁਹਾਨੂੰ ਯਾਦ ਨੇ ਤੇ ਤੁਹਾਡਾ ਪਿਛਲਾ ਪਿੰਡ ਕਿਹੜਾ ਸੀ ਸਿਆਲੀ ਸਿਆਲੀ ਜੀ ਪੂਰਾ ਨਾਂ ਸਿਆਲੀ ਉਹਦਾ ਹਾਂਜੀ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ ਇਹਦੇ ਨਾਲ ਸੀ ਪਪਰਿਆਲਾ ਹਾਂਜੀ ਰਿਤਾ ਖੜਾ ਹਾਂਜੀ ਬੁੱਢਣਪੁਰ ਇਹ ਬਸ ਤਿੰਨੇ ਪਿੰਡ ਸਨ ਦੁਆਲੇ ਤਿੰਨ ਨਾਲ ਪਿੰਡ ਸਨ ਕਢਾਮ ਉਹ ਤੇ ਬੜੀ ਦੂਰ ਸੀ ਸਾਰੇ ਮੁਸਲਮਾਨ ਸਿੱਖ ਇੱਕ ਵੀ ਘਰ ਨੀ ਇੱਕ ਘਰ ਚੂੜਿਆਂ ਦਾ ਸੀ ਇੱਕ ਘਰ ਚਮਾਰਾਂ ਦਾ ਸੀ ਚਮੈਰ ਜੁੱਤੀਆਂ ਬਣਾਉਣ ਵਾਲੇ ਬਸ ਦੋ ਘਰ ਸਨ ਹੋਰ ਸਾਰੇ ਮੁਸਲਮਾਨ ਸਨ ਉੱਥੇ ਹਿੰਦੁਸਤਾਨ ਕੌਣ ਪੜ੍ਹਦਾ ਸੀ ਕੌਣ ਉੱਥੇ ਕੋਈ ਵੀ ਨਹੀਂ ਸੀ ਪੜ੍ਹਦਾ ਨਾ ਲਾਗੇ ਲਾਗੇ ਸਕੂਲ ਸੀ ਝੁੰਡਾਵਾਂ ਰਹਿੰਦੇ ਮੀਡੀਅਮ ਮੈਨੂੰ ਨੀ ਪਤਾ ਮੁਲਾਜ਼ਮ ਸਾਡੇ ਪਿੰਡ ਦੇ ਵਿੱਚ ਕੋਈ ਬਿਰਲੇ ਹੀ ਭਾਵਾਂ ਹੋਵੇ ਕੋਈ ਮੁਲਾਜ਼ਮ ਨਹੀਂ ਸੀ ਵਾਹੀ ਕਰਦੇ ਅੱਛਾ ਜੀ ਮੁਲਾਜ਼ਮਤਾਂ ਕਰਦੇ ਸੀ ਪਿੰਡ ਦੇ ਵਿੱਚ ਜ਼ਿਆਦਾ ਨਾ ਕੋਈ ਲਾਗੇ ਹੋ ਗਏ ਮੇਰਾ ਖਿਆਲ ਚਾਰ ਇੱਕ ਦੇ ਨਾਂ ਸ਼ਫੀ ਸੀ ਮੇਰੇ ਵਾਲਦ ਦੇ ਨਾਂ ਮੇਰੇ ਤਾਏ ਦੇ ਨਾਂ ਅਲੀ ਬਖਸ਼ ਅਤੇ ਇੱਕ ਦੇ ਨਾਂ ਸੀ ਅਲੀ ਸ਼ੇਰ ਇੱਕ ਦੇ ਨਾਂ ਸੀ ਭੁੱਲ ਗਿਆ ਮੈਂ
ਚਲੋ ਤੇ ਤੁਹਾਡੇ ਤੁਸੀਂ ਕਿੰਨੇ ਭਰਾ ਸੀ? ਮੈਂ ਇਕੱਲੇ ਹੀ। ਇਕੱਲੇ ਹੋ? ਇਕੱਲੇ। ਇੱਕ ਭਰਾ ਸੀ, ਉਹ ਫੌਤ ਹੋ ਗਿਆ ਸੀ ਇੱਥੇ ਆ ਗਿਆ। ਅੱਛਾ, ਇੱਥੇ ਆ ਗਿਆ। ਇੱਥੇ ਛੋਟਾ ਸੀ। ਸਹੀ ਹੋ ਗਿਆ। ਇਹ ਦੱਸੋ ਕਿ ਜਦੋਂ ਉਜਾੜਿਆਂ ਦੀ ਗੱਲਬਾਤ ਸ਼ੁਰੂ ਹੋਈ ਜੀ, ਤੁਹਾਡੇ ਪਿੰਡ ਕਿੱਦਾਂ ਪਤਾ ਲੱਗਾ ਕਿ ਜੀ ਇਹ ਹੁਣ 47 ਦੀ ਵਾਰੀ? ਸਾਡੇ ਪਿੰਡ ਇਸ ਤਰ੍ਹਾਂ ਪਤਾ ਲੱਗਾ। ਹਾਂਜੀ, ਇੱਕ ਪਿੰਡ ਸੀ, ਮੈਂ ਤਾਂ ਖੈਰ ਵੇਖਿਆ ਨਹੀਂ। ਉਹ ਹਾਂਜੀ ਧਾਂਦੀਆਂ ਉਹਨੂੰ ਬੋਲਦੇ ਹਨ ਪਿੰਡ ਨੂੰ। ਸਹੀ। ਪਹਿਲਾਂ ਉੱਥੇ ਵਾਕਿਆ ਹੋਇਆ ਸੀ, ਉੱਥੇ ਸ਼ੁਰੂ ਹੋਇਆ ਸੀ ਕੰਮ। ਉੱਥੇ ਗੋਲੀ ਵੀ ਚੱਲੀ ਸੀ, ਬੰਦੇ ਵੀ ਮਰੇ ਹਨ ਬੜੇ। ਸਹੀ ਸਹੀ ਸਹੀ। ਅਤੇ ਬਸ ਇੰਨਾ ਪਤਾ ਹੈ। ਅੱਛਾ, ਉੱਥੇ ਗੋਲੀ ਚੱਲੀ, ਉਹ ਤੋਂ ਬਾਅਦ ਤੁਹਾਡੇ ਪਿੰਡ ਤੋਂ ਕਿਵੇਂ ਤੁਸੀਂ ਲੋਕ ਉੱਠੇ ਸਾਰੇ? ਅਸੀਂ ਹਾਂਜੀ ਤੁਹਾਨੂੰ ਖਬਰ ਹੋਈ ਵੀ ਉੱਠੋ ਨਾ? ਤੁਹਾਨੂੰ ਸਿੱਖਾਂ ਨੇ ਆ ਕੇ ਉਠਾਇਆ ਕਿ ਫੌਜ ਨੇ ਉਠਾਇਆ ਕਿ ਆਪੇ ਉੱਠੇ? ਇਹ ਤਾਂ ਇੰਨਾ ਕੁ ਤਾਂ ਮੈਨੂੰ ਨਹੀਂ ਪਤਾ, ਕਿਸੇ ਸਾਡੇ ਵਡੇਰਿਆਂ ਨੂੰ ਕਿਸੇ ਬੰਦੇ ਨੇ ਦੱਸਿਆ ਵੀ ਤੁਹਾਡੇ ਤੇ ਫੌਜ ਚੜ ਗਈ ਹੈ ਪਟਿਆਲੇ ਤੋਂ। ਤੇ ਫਿਰ ਸਾਰਾ ਪਿੰਡ ਸ਼ਾਮੀ ਨਿਕਲਿਆ। ਹਾਂਜੀ। ਤੇ ਸਾਡੇ ਲਾਗੇ ਨੂੰ ਦਰਿਆ ਲੰਘਦਾ ਸੀ ਬੜਾ ਤਗੜਾ। ਕੀ ਨਾਂ ਪਤਾ ਦਰਿਆ ਦਾ? ਨਦੀ ਆਂਦੇ ਹਨ ਉਹਨੂੰ। ਨਦੀ ਆਂਦੇ ਸਨ। ਹਾਂ, ਪਾਣੀ ਬੜਾ ਵਗਦਾ ਸੀ ਪਿੰਡ ਦੇ ਨਾਲ ਹੀ। ਨਾਲ ਹੀ ਸੀ, ਕੋਈ 5-7 ਪੈਲੀਆਂ ਤੇ 10। ਅੱਛਾ, 10 ਪੈਲੀਆਂ ਹੋਣਗੀਆਂ ਬੜੀ ਗੱਲ। ਇਹਦਾ ਮਤਲਬ ਤੁਹਾਡਾ ਨਹਿਰੀ ਨਿਜ਼ਾਮ ਸੀ ਫਸਲਾਂ ਨੂੰ ਪਾਣੀ ਪਿਲਾਉਣ ਦਾ? ਉੱਥੇ ਜੀ ਕੋਈ ਨਹਿਰ ਨਹੀਂ ਸੀ, ਕੋਈ ਸ਼ੈ ਨਹੀਂ ਸੀ, ਖੂਹਾਂ ਦੀ ਵਾਹੀ ਹੁੰਦੀ ਸੀ। ਅੱਛਾ, ਖੂਹ ਹੈ ਸਨ? ਹਾਂਜੀ, ਖੂਹ। ਖੂਹਾਂ ਦੇ ਨਾਂ ਪਤਾ ਜਿਹੜੇ ਤੁਹਾਡੇ ਡੇਰਿਆਂ ਦੇ ਮਸ਼ਹੂਰ ਖੂਹ ਸਨ? ਹੋਰਾਂ ਦਾ ਤਾਂ ਮੈਨੂੰ ਨਹੀਂ ਪਤਾ, ਇੱਕ ਖੂਹ ਦਾ ਮੈਨੂੰ ਪਤਾ ਹੈ। ਕਿਹੜੇ ਦਾ ਜੀ? ਉਹਨੂੰ ਬੋਲਦੇ ਹਨ ਮੀਨਾ ਵਾਲਾ ਖੂਹ। ਮੀਨਾ ਵਾਲਾ ਖੂਹ? ਹਾਂਜੀ। ਕਿਹੜੀ ਸਾਈਡ ਤੇ ਸੀ ਉਹ? ਸੀ ਲੈਂਦੇ ਪਾਸੇ ਸੀ ਕਿ ਚੜ੍ਹਦੇ ਪਾਸੇ ਸੀ? ਉਹ ਪਿੰਡੋਂ ਵਾਹਵਾ ਚੌਕੀ ਦੂਰ ਸੀ, ਦੱਖਣ ਪਾਸੇ ਸੀ। ਖੂਹ ਪੱਕਾ ਸੀ? ਹਾਂ, ਖੂਹ ਪੱਕਾ ਸੀ। ਸਹੀ ਹੋ ਗਿਆ। ਤੇ ਤੁਹਾਡਾ ਡੇਰਾ ਕਿਹੜੀ ਸਾਈਡ ਤੇ ਸੀ? ਪੈਲੀਆਂ ਜ਼ਮੀਨ ਸਾਡਾ ਉਹ ਉਸ ਖੂਹ ਤੇ ਸੀ। ਅੱਛਾ, ਉਹ ਖੂਹ ਸੀ ਤੁਹਾਡਾ? ਹਾਂਜੀ। ਉੱਥੇ ਹੀ ਡੇਰਾ ਹੁੰਦਾ ਸੀ, ਮਾਲ ਮੂਲ ਵੀ ਉੱਥੇ ਥੋੜ੍ਹਾ ਬਾਲਾ ਰਹਿੰਦਾ, ਜਿਹੜੇ ਢੱਗੇ ਢੁੱਗੇ ਬੰਨਦੇ ਹਨ, ਹਾਲ ਬੰਨਦੇ ਹਨ, ਉੱਥੇ ਹੀ ਹੁੰਦੇ ਹਨ। ਅਤੇ ਹੋਰ ਮਾਲ ਪਿੰਡ ਹੀ ਹੁੰਦਾ ਸੀ। ਸਿੱਖਾਂ ਦੇ ਨਾਲ ਪਿੰਡ ਹੈ ਸਨ? ਹਾਂ, ਹੈ ਸਨ। ਸਹੀ ਹੋ ਗਿਆ। ਤੁਹਾਡਾ ਉਹਨਾਂ ਨਾਲ ਲੈਣ ਦੇਣ ਹੁੰਦਾ ਸੀ ਕੋਈ, ਜਾਂ ਪੈਲੀਆਂ 'ਚ ਆ ਜਾਣ ਜਾਂ ਜ਼ਿਮੀਦਾਰੇ ਦੇ ਵਿੱਚ? ਹਾਂ, ਆ ਜਾਂਦੇ ਹਨ ਤੁਹਾਡੇ ਬਜ਼ੁਰਗਾਂ ਦਾ ਜਾਂ ਤੁਹਾਡਾ? ਹਾਂ, ਸਾਡੇ ਬਜ਼ੁਰਗਾਂ ਦਾ ਹੈ ਸੀ ਲੈਣ ਦੇਣ ਉਹਨਾਂ ਨਾਲ। ਅਤੇ ਜਦੋਂ ਤੁਸੀਂ 47 ਦੀ ਵੰਡ ਹੋ ਗਈ ਜੀ, ਤੁਸੀਂ ਉੱਥੋਂ ਰਾਤ ਨੂੰ ਨਿਕਲੇ ਸ਼ਾਮ ਨੂੰ? ਅਸੀਂ ਜੀ ਸ਼ਾਮ ਨੂੰ ਮਗਰਮ ਦੀਆਂ ਬਾਂਗਾਂ ਹੁੰਦੀਆਂ ਹਨ ਪਈਆਂ। ਹਾਂਜੀ। ਅਤੇ ਸਾਡਾ ਪਿੰਡ ਨਿਕਲਿਆ ਸੀ। ਪੂਰਾ ਪਿੰਡ ਹੀ? ਪੂਰਾ ਪਿੰਡ। ਚਮਾਰਾਂ ਦਾ ਘਰ ਰਹਿ ਗਿਆ ਕਿ ਉਹ ਵੀ ਨਿਕਲ ਆਇਆ? ਨਹੀਂ, ਉਹ ਤਾਂ ਇੱਕ ਘਰ ਚੂੜਿਆਂ ਦਾ ਸੀ, ਇੱਕ ਚਮਾਰਾਂ ਦਾ ਸੀ। ਹਾਂਜੀ, ਉਹਨਾਂ ਨੇ ਉੱਥੇ ਰਹਿਣਾ ਸੀ। ਸਹੀ ਸਹੀ। ਅਤੇ ਸਾਡਾ ਮਗਰਮ ਦੀਆਂ ਬਾਂਗਾਂ ਹੁੰਦੀਆਂ ਹਨ ਪਈਆਂ। ਹਾਂਜੀ। ਅਤੇ ਪਿੰਡ ਨਿਕਲ ਗਿਆ ਸੀ ਸਾਰੀ ਰਾਤ। ਕਿੱਧਰ ਜਾ ਕੇ ਤੁਹਾਡਾ ਬੈਠਾ ਫਿਰ ਉਸ ਟਾਈਮ ਜਦੋਂ ਨਿਕਲਿਆ? ਉਸ ਹਾਂਜੀ ਕੈਂਪ ਕਿੱਥੇ ਲੱਗਾ ਤੁਹਾਡਾ? ਕੈਂਪ ਲੱਗਾ ਉੱਥੇ ਸਾਡੇ ਰਿਸ਼ਤੇਦਾਰਾਂ ਦਾ ਪਿੰਡ ਸ਼ੇਖੂਪੁਰ। ਸ਼ੇਖੂਪੁਰ? ਸ਼ੇਖੂਪੁਰ, ਉਸ ਪਿੰਡ ਦੇ ਨਾਂ ਸ਼ੇਖੂਪੁਰ ਸੀ। ਹਾਂਜੀ। ਤੇ ਉੱਥੇ ਜਾ ਕੇ ਅਸੀਂ ਬੈਠੇ। ਉੱਥੇ ਰਾਤ ਨੂੰ ਪਹੁੰਚ ਗਏ ਤੁਸੀਂ? ਨਹੀਂ ਜੀ, ਸਾਰੀ ਰਾਤ ਚੱਲੇ, ਸ਼ਾਮ ਦੇ ਚੱਲੇ, ਸਾਰੀ ਰਾਤ ਚੱਲੇ। ਤੇ 10-11 ਵਜੇ ਫਿਰ ਅਪੜੇ ਉੱਥੇ। ਪੂਰਾ ਪਿੰਡ ਜਿਹੜਾ ਸੀ? ਪੂਰਾ ਪਿੰਡ ਉੱਥੇ ਪਹੁੰਚ ਗਏ। ਹਾਂਜੀ। ਉਹਨਾਂ ਉੱਥੇ ਸਾਰੇ ਮੁਸਲਮਾਨ ਸਨ ਕਿ ਸਿੱਖ ਸਨ? ਉੱਥੇ ਸਾਰੇ ਮੁਸਲਮਾਨ ਸਨ। ਉੱਥੇ ਬੜਾ ਇਕੱਠ ਸੀ ਮੁਸਲਮਾਨਾਂ ਦਾ ਉਸ ਪਿੰਡ ਦੇ, ਬੇਸਾਬਾ ਜੀ। ਸਹੀ। ਉਸ ਪਿੰਡ ਦੇ ਬੈਠੇ ਜਾ ਕੇ? ਹਾਂਜੀ। ਤੁਸੀਂ ਤੁਹਾਡੇ ਪਿੰਡ ਦੇ ਉੱਤੇ ਹਮਲਾ ਸ਼ਮਲਾ ਤਾਂ ਨਹੀਂ ਹੋਇਆ? ਨਹੀਂ, ਹਮਲਾ ਸ਼ਮਲਾ ਹੋਇਆ। ਤੇ ਰਸਤੇ ਦੇ ਵਿੱਚ? ਰਸਤੇ ਦੇ ਵਿੱਚ ਖਤਰਾ ਹੈ ਸੀ। ਹਾਂਜੀ। ਤੇ ਅਸਲਾ ਸਾਡੇ ਪਿੰਡ ਕੋਲ ਵੀ ਹੈ ਸੀ ਅਸਲਾ? ਹਾਂ, ਖਤਰਾ ਹੈ ਸੀ। ਹਾਂਜੀ, ਪਰ ਹੋਇਆ ਕੋਈ ਨਹੀਂ। ਤੁਹਾਡੇ ਉੱਤੇ ਅਟੈਕ ਸ਼ੈਕ ਤਾਂ ਨਹੀਂ ਹੋਇਆ? ਨਾ, ਕੋਈ ਨਹੀਂ ਹੋਇਆ। ਸਿੱਖਾਂ ਨੇ ਕੋਈ ਹਮਲਾ ਤਾਂ ਨਹੀਂ ਕੀਤਾ? ਨਾ। ਤੁਸੀਂ ਫਿਰ ਕਿਹੜੇ ਕਿਹੜੇ ਰਸਤੇ 'ਚੋਂ ਆਏ ਹੋ ਪਾਕਿਸਤਾਨ? ਰਾਤ ਨੂੰ ਉੱਥੇ ਕੀ ਪਤਾ ਲੱਗਦਾ ਸੀ ਏਡਾ? ਨਹੀਂ, ਤੁਸੀਂ ਰਾਤ ਨੂੰ ਤੁਰਦੇ ਸੀ? ਰਾਤ ਨੂੰ ਤੁਰੇ ਹਾਂਗੇ, ਸਾਰੀ ਰਾਤ ਚੱਲੇ ਹਾਂ, ਤੈਨੂੰ ਆਖਿਆ ਨੀ? 10-11 ਵਜੇ ਆਪਣੇ ਸ਼ੇਖੂਪੁਰ। ਉਸ ਤੋਂ ਬਾਅਦ? ਨਹੀਂ, ਸ਼ੇਖੂਪੁਰ ਤੋਂ ਬਾਅਦ ਜਦੋਂ ਤੁਹਾਡੇ ਕਿੰਨੇ ਦਿਨ ਉੱਥੇ ਰਹੇ ਹੋ ਸ਼ੇਖੂਪੁਰ? ਸ਼ੇਖੂਪੁਰ? ਹਾਂਜੀ, ਸ਼ੇਖੂਪੁਰ ਮੇਰਾ ਖਿਆਲ 15-16 ਦਿਨ ਰਹੇ ਆ ਸਾਰਾ। ਇਕੱਠ ਉੱਥੇ ਬੜਾ ਸੀ ਮੁਸਲਮਾਨਾਂ ਦਾ, ਬੇਬਾ। ਉੱਥੋਂ ਫਿਰ ਤੁਹਾਨੂੰ ਗੱਡੀਆਂ 'ਚ ਆਏ ਹੋ ਕਾਹਦੇ 'ਚ ਤੁਸੀਂ ਪਾਕਿਸਤਾਨ ਆਏ ਹੋ? ਪਾਕਿਸਤਾਨ? ਹਾਂਜੀ। ਕੋਈ ਤੇ ਗੱਡਿਆਂ 'ਤੇ ਆਏ ਨੇ। ਹਾਂਜੀ। ਕੁਛ ਤੁਰਦੇ ਹੀ ਆਏ ਨੇ। ਤੁਰਦੇ ਆਏ ਨੇ? ਹਾਂ। ਤੁਹਾਡੇ ਖਾਨਦਾਨ ਕੋਲ, ਤੁਹਾਡੇ ਆਪਣੇ ਬਜ਼ੁਰਗਾਂ ਕੋਲ ਗੱਡੇ ਹੈ ਸਨ? ਸਾਡੇ ਗੱਡੇ ਤੇ ਸਾਡੇ ਪਿੰਡ ਰਹਿ ਗਏ, ਅਸੀਂ ਤੇ ਆ ਜਿਹੜੇ ਕੱਪੜੇ ਪਾਏ ਨੇ ਨਾ, ਹਾਂਜੀ, ਇਹਨਾਂ ਕੱਪੜਿਆਂ 'ਚ ਸਾਡਾ ਪਿੰਡ ਨਿਕਲਿਆ। ਕੋਈ ਸ਼ੈ ਨਹੀਂ ਲਿਆ ਲਿਆ ਜੀ? ਕੋਈ ਸ਼ੈ ਨਹੀਂ? ਨਾ, ਸਿਰਫ ਜਾਂ ਕੋਈ ਟੂਮ ਲੈਂਦੀ ਜਾਂ ਨਗਦੀ ਪੈਸਾ ਲਿਆਂਦਾ, ਹੋਰ ਕੋਈ ਸ਼ੈ ਨਹੀਂ ਲਿਆਂਦੀ, ਜਾਂ ਗਲ ਦੇ ਕੱਪੜੇ ਲਿਆਂਦੇ ਨੇ। ਅੱਛਾ ਜੀ। ਹੋਰ ਕੋਈ ਸ਼ੈ ਨਹੀਂ ਆਈ? ਮੱਝਾਂ ਮੁੱਝਾਂ ਸਾਰਾ ਕੁਝ? ਮੈਂ ਕੋਈ ਸ਼ੈ ਆਈ ਨਹੀਂ, ਉੱਥੇ ਛੱਡ ਆਇਆ। ਸਹੀ ਹੋ ਗਿਆ। ਹਾਂਜੀ। ਹੁਣ ਦੱਸੋ ਜੀ, ਰਸਤੇ ਦੇ ਵਿੱਚ ਕੀ ਕੀ ਤੁਸੀਂ ਵੇਖਿਆ? ਸਾਨੂੰ ਆਪਣਾ ਅੱਖੀ ਦੇਖਿਆ ਹਾਲ ਵੀ ਦੱਸੋ।
ਜਦੋਂ ਸਫ਼ਰ ਕੀਤਾ ਜਦੋਂ ਕਾਫਲਾ ਟੁਰਿਆ ਹਾਂਜੀ ਜਦੋਂ ਕਾਫਲੇ ਟੁਰੇ ਜਿਨ੍ਹਾਂ ਦੇ ਕੁਛ ਥੋੜਾ ਬਹੁਤਾ ਪੱਲੇ ਹੈ ਸੀ ਜਾਂ ਲੈ ਆਂਦਾ ਉਹਨਾਂ ਦੇ ਗੱਡਾਂ ਬਣਾ ਲਈਆਂ ਨੇ ਮਾਮੂਲ ਲਈਆਂ ਨੇ ਤੇ ਫਿਰ ਉਹ ਪੈਦਲ ਵੀ ਬੇਭਾਸ ਸਨ ਤੇ ਗੱਡੇ ਵੀ ਬੇਭਾਸ ਸਨ ਤੁਸੀਂ ਆਪਣਾ ਦੱਸੋ ਤੁਸੀਂ ਪੈਦਲ ਸੀ ਕਿ ਗੱਡੇ ਦੇ ਉੱਤੇ ਸੀ ਅਸੀਂ ਇੱਕੋ ਗੱਡਾ ਸੀ 40 ਜੀ ਸਨ ਅੱਛਾ 40 ਜੀ ਸਨ ਆ ਬੀਬੀਆਂ ਬੂਬੀਆਂ ਬੈਂਦੀਆਂ ਹਨ ਤੇ ਅਸੀਂ ਪੈਦਲ ਬੰਦੇ ਚੱਲਦੇ ਸਨ ਪੈਦਲ ਤੁਰਦੇ ਹਾਂ ਹਾਂ ਬੱਚੇ ਬਹਿ ਗਏ ਗੱਡੇ 'ਚ ਹਾਂਜੀ ਬੀਬੀਆਂ ਬਹਿ ਗਈਆਂ ਤੁਸੀਂ ਪੈਦਲ ਤੁਰਦੇ ਅਸੀਂ ਪੈਦਲ ਤੁਰਦੇ ਹਾਂ ਸਹੀ ਹੋ ਗਿਆ ਹਾਂ ਤੇ ਜਦੋਂ ਸ਼ਿਵਪੁਰ ਚੋਂ ਨਿਕਲੇ ਹੋ ਜੀ ਅਗੋ ਕਿਹੜੇ ਕਿੱਥੇ ਜਾ ਕੇ ਤੁਹਾਡਾ ਦੂਸਰਾ ਪੜਾਓ ਪਿਆ ਸਾਡਾ ਪਿਆ ਬਈ ਨਾਂ ਦਾ ਮੈਨੂੰ ਨਹੀਂ ਪਤਾ ਸੜਕ ਦੇ ਨਾਲ ਹੀ ਕਾਫਲਾ ਬਹਿ ਜਾਂਦਾ ਸੀ ਭਾਵੇਂ ਕਿਸੇ ਦੀ ਫਸਲ ਜੋ ਮਰਜ਼ੀ ਸਾਰੀ ਲਤਾਲ ਤੂਰ ਛੱਡਣੀ ਬਾਰਿਸ਼ਾਂ ਵੀ ਬੜੀਆਂ ਹੋਈਆਂ ਹਨ ਤੇ ਜਦੋਂ ਪੈਦਲ ਚੱਲਦਾ ਸੀ ਨਾ ਕਾਫਲਾ ਬੀਬੀਆਂ ਤੁਰਦੀਆਂ ਹਨ ਬੰਦਿਆਂ ਦੇ ਵਿੱਚ ਹੀ ਉਹਨਾਂ ਥੱਕ ਜਾਣਾ ਬੱਚਾ ਕੁਛ ਛੋੜੋ ਲਾਣਾ ਤੇ ਸੜਕ ਦੇ ਨਾਲ ਥੋੜਾ ਜਿਹਾ ਪਿਛਾ ਕਰਕੇ ਛੱਡ ਜਾਣਾ ਆਪਣਾ ਬੱਚਾ ਖੁਦ ਆਪਣਾ ਜੰਮਿਆ ਬੱਚਾ ਤੇ ਕਾਫਲੇ ਦੇ ਨਾਲ ਚੱਲ ਰਹੀ ਕਿ ਬੱਚੇ ਦਾ ਭਾਰ ਹੀ ਨਹੀਂ ਚੁੱਕ ਸਕੀਆਂ ਸੀ ਮਾਵਾਂ ਥੱਕ ਜਾਂਦੀਆਂ ਹਨ ਟੁਰਦੇ ਬੜੇ ਹਨ ਨਾ ਖਾਣ ਨੂੰ ਲੱਭਦਾ ਸੀ ਨਾ ਕੋਈ ਪੀਣ ਨੂੰ ਲੱਭਦਾ ਸੀ ਬੱਚੇ ਮਰੇ ਵੀ ਬਹੁਤ ਸਨ ਬੱਲੇ ਬੱਲੇ ਹਾਂ ਸਾਡੀਆਂ ਦੋ ਮੌਤਾਂ ਹੋਈਆਂ ਹਨ ਆਉਂਦੇ ਆਉਂਦਿਆਂ ਕੌਣ ਮੌਤ ਤੇ ਆਪਣੇ ਰਿਸ਼ਤੇਦਾਰ ਸਨ ਇੱਕ ਤਾਂ ਮੇਰਾ ਸਗਾ ਮਾਮਾ ਸੀ ਇੱਕ ਮਾਈ ਐਸਾਂ ਦਾ ਪਿਓ ਸੀ ਉਹ ਕਿੱਦਾਂ ਜੀ ਉਹ ਚੱਲਦੇ ਕਾਫਲੇ ਦੇ ਵਿੱਚ ਫੌਤ ਹੋ ਗਏ ਚੱਲਦੇ ਚੱਲਦੇ ਬਿਮਾਰ ਸਨ ਨਾ ਤੇ ਉਹ ਨਾ ਫਿਰ ਆਹਾਂ ਕੀ ਕੰਮ ਕੀਤਾ ਨਾ ਉਹ ਬਸ ਟੋਆ ਪੱਟ ਕੇ ਥੋੜ੍ਹਾ ਜਿਹਾ ਅਤੇ ਉਹ ਖੇਸ ਦੇ ਵਿੱਚ ਬਲੇਟ ਕੇ ਅਤੇ ਉੱਤੇ ਮਿੱਟੀ ਪਾਈ ਕੋਈ ਜਨਾਜ਼ਾ ਨਹੀਂ ਹੋਇਆ ਜਨਾਜ਼ਾ ਉੱਥੇ ਕਿੱਥੇ ਸੀ ਉਹ ਕਿਹੜੀ ਸਾਈਡ 'ਤੇ ਆ ਕਿੱਥੇ ਕੋ ਆ ਕੇ ਫੌਤ ਹੋਏ ਕਿਹੜੇ ਸ਼ਹਿਰ ਤੁਸੀਂ ਟੱਪਿਆ ਸੀ ਜਾਂ ਨੰਗੇ ਸੀ ਜਿੱਥੇ ਫੌਤ ਹੋ ਗਏ ਸ਼ਹਿਰ ਸ਼ੂਰ ਉੱਥੇ ਕੋਈ ਨਹੀਂ ਪਿੰਡ ਹੀ ਲੰਘਦੇ ਰਹੇ ਹਾਂ ਨਾਲ ਨਾਲ ਨਾਵਾਂ ਦਾ ਨਹੀਂ ਪਤਾ ਨਾ ਕੋਈ ਨਹੀਂ ਪਤਾ ਹੋਰ ਤੁਹਾਡੇ ਰਿਸ਼ਤੇਦਾਰ ਤੇ ਫੌਤ ਹੋਏ ਜਿਹੜੇ ਨਾਲ ਕਾਫਲੇ ਦੇ ਸੀ ਹਾਂਜੀ ਉਹ ਸਹੀ ਸਲਾਮਤ ਆ ਗਏ ਕਿ ਉਹਨਾਂ ਦੇ ਵਿੱਚੋਂ ਵੀ ਕੋਈ ਫੌਤੀਆਂ ਹੋਈਆਂ ਨਹੀਂ ਉਹਨਾਂ ਦੇ ਵਿੱਚ ਕੋਈ ਨਹੀਂ ਹੋਏ ਉਹ ਸਹੀ ਸਲਾਮਤ ਆ ਸਿਰਫ ਸਾਡੀ ਹੀ ਦੋ ਫੌਤਕੀਆਂ ਹੋਈਆਂ ਨੇ ਇੱਕ ਮੇਰਾ ਮਾਮਾ ਸੀ ਹਾਂਜੀ ਇੱਕ ਮੇਰੀ ਚਾਚੀ ਦਾ ਪਿਓ ਸੀ ਇਹ ਦੋ ਫੌਤਕੀਆਂ ਵੇਖੀਆਂ ਨੇ ਸਹੀ 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 ਰਸਤੇ 'ਚ ਫਿਰ ਆਏ ਹਾਂਜੀ ਕਿੰਨੇ ਦਿਨਾਂ 'ਚ ਤੁਸੀਂ ਪੈਦਲ ਸਫ਼ਰ ਕੀਤਾ ਇੱਥੇ ਪਾਕਿਸਤਾਨ ਪਾਕਿਸਤਾਨ ਜੀ ਪਾਕਿਸਤਾਨ ਕਿੰਨੇ ਦਿਨਾਂ 'ਚ ਬੜੇ ਹੋ ਜਦੋਂ ਆਪਣੇ ਪਿੰਡੋਂ ਨਿਕਲੇ 8-10 ਦਿਨ ਲੱਗ ਗਏ ਹਨ ਨਹੀਂ 16 ਦਿਨ ਦੇ ਤੁਸੀਂ ਉੱਥੇ ਰਹੇ ਹੋ ਨਾ ਸ਼ਿਖੁਪਰੇ ਦੇ ਵਿੱਚ ਹਾਂ ਜ਼ਿਆਦਾ ਦਿਨ ਰਹੇ ਨੇ ਉੱਥੇ ਦੇ ਹੈ ਸ਼ਿਖੁਪਰੇ 8 ਦਿਨ ਲੱਗੇ ਨੇ ਹਾਂ ਇੰਨੇ ਕੁ ਦਿਨ ਲੱਗ ਗਏ ਨੇ ਜਦੋਂ ਰਾਤ ਹੋ ਜਾਂਦੀ ਸੀ ਉਦੋਂ ਵੀ ਚੱਲਦਾ ਰਹਿੰਦਾ ਸੀ ਕਾਫਲਾ ਕੇ ਬਹਿ ਜਾਂਦੇ ਸੀ ਬਹਿ ਜਾਂਦਾ ਸੀ ਤੇ ਖਾਣ ਪੀਣ ਦਾ ਕੀ ਇੰਤਜ਼ਾਮ ਸੀ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ ਸੀ ਹਾਂਜੀ ਜਿਹੜੇ ਦੇ ਲਾਗੇ ਲਾਗੇ ਪਿੰਡ ਸਨ ਉਹਨਾਂ ਦੇ ਆਪਣਾ ਸਮਾਨ ਕੋਈ ਥੋੜਾ ਥੋੜਾ ਗੱਡਿਆਂ ਦੇ ਧਰ ਲਿਆ ਸੀ ਬੰਨ ਲਿਆ ਸੀ ਜਿਹੜੇ ਦੂਰੋਂ ਉੱਠ ਕੇ ਨੇ ਉਹਨਾਂ ਨੂੰ ਕੋਈ ਸ਼ੈ ਨਹੀਂ ਤੁਸੀਂ ਪਿੰਡੋਂ ਆਪਣਾ ਕੋਈ ਖਾਣ ਪੀਣ ਦਾ ਇੰਤਜ਼ਾਮ ਨਹੀਂ ਕੀਤਾ ਮੈਂ ਇਹਨਾਂ ਕੱਪੜਿਆਂ 'ਚ ਆਇਆ ਜਿਵੇਂ ਆਪਾਂ ਬੈਠੇ ਹਾਂ ਨਾ ਹਾਂਜੀ ਇਹਨਾਂ ਕੱਪੜਿਆਂ 'ਚ ਆਇਆ ਸਾਡਾ ਪਿੰਡ ਕੋਈ ਸ਼ੈ ਨਹੀਂ ਲੈਂਦੀ ਤੁਸੀਂ ਫਿਰ ਤੁਹਾਨੂੰ ਕੈਂਪ ਦੇ ਵਿੱਚ ਖਾਣਾ ਦਿੰਦੇ ਸੀ ਕੌਣ ਦਿੰਦਾ ਸੀ ਕੋਈ ਵੀ ਨਹੀਂ ਕੋਈ ਨਹੀਂ ਸੀ ਦਿੰਦਾ ਲੁੱਟ ਲੱਟ ਕੇ ਲਿਆਉਂਦੇ ਸੀ ਰਾਤ ਨੂੰ ਰਾਤ ਨੂੰ ਕੋਈ ਦੋ ਬੰਦੇ ਨਿਕਲ ਜਾਣੇ ਚਾਰ ਨਿਕਲ ਜਾਣੇ ਘਰ ਦੇ ਜੀ ਤੇ ਉਹਨਾਂ ਕਿਤੋਂ ਪਿੰਡ ਦੇ ਵਿੱਚੋਂ ਕੋਈ ਦਾਣਾ ਫੱਕਾ ਕੋਈ ਆਟਾ ਕਿ ਪਿੰਡ ਸਾਰੇ ਸੁਣੇ ਹਨ ਜਦੋਂ ਲੋਕ ਤੇ ਸਾਰੇ ਕਾਫਲੇ 'ਚ ਇਕੱਠੇ ਹੋ ਗਏ ਹਨ ਉਹ ਫਿਰ ਵੰਡ ਵੁੰਡ ਲੈਂਦੇ ਕਿਸੇ ਨੂੰ 2 ਕਿਲੋ ਦੇ ਛੱਡਿਆ ਕਿਸੇ ਨੂੰ 3 ਕਿਲੋ ਦੇ ਛੱਡਿਆ ਇੰਝ ਵਕਤ ਲੰਘਾਇਆ ਤੇ ਫਿਰ ਆਉਂਦੇ ਆ ਤੁਸੀਂ ਫਿਰ 8 ਦਿਨਾਂ 'ਚ ਇੱਥੇ ਰਾਵੀ ਦੇ ਪੁੱਲ ਦੇ ਵੱਲ ਆਏ ਇੱਧਰੋਂ ਦੀ ਲਾਹੌਰ ਦੇ ਵਿੱਚ ਬੜੇ ਹੋ ਕਿ ਕਸੂਰ ਵਾਲੀ ਸਾਈਡ 'ਤੇ ਆਏ ਆਏ ਤਾਂ ਕਸੂਰ ਵਾਲੀ ਸਾਈਡ ਦੇ ਹਾਂ ਹਾਂਜੀ ਅਤੇ ਅਸੀਂ ਸ਼ੁਰੂ 'ਚ ਆ ਗਏ ਇੱਥੇ ਗਰਮੂਲੇ ਬੈਠੇ ਹਾਂ ਗਰਮੂਲਾ ਬਿਲਕੁਲ ਆਹਾ ਗਰਮੂਲਾ ਨਾਲ ਸੌ ਗਏ ਨੇ ਡਾਇਰੈਕਟ ਇੱਥੇ ਆ ਕੇ ਬੈਠੇ ਹਾਂ ਇੱਥੇ ਆ ਕੇ ਬੈਠੇ ਹਾਂ ਉਸ ਤੋਂ ਬਾਅਦ ਫਿਰ ਤੁਹਾਡੀ ਜ਼ਮੀਨਾਂ ਤੁਹਾਡੇ ਜਿਹੜੀਆਂ ਉੱਥੇ ਹੈ ਸਨ ਜੀ ਉਹ ਤੁਹਾਨੂੰ ਪੂਰੀਆਂ ਮਿਲ ਗਈਆਂ ਇੱਥੇ ਆ ਕੇ ਨਹੀਂ ਮਿਲੀ ਬੜੀ ਘੱਟ ਮਿਲੀ ਕਿੰਨੀ ਜ਼ਮੀਨ ਸੀ ਤੁਹਾਡੇ ਉੱਧਰ ਉੱਥੇ ਤਾਂ ਜ਼ਮੀਨ ਚੋਖੀ ਸੀ ਇੱਥੇ ਸਾਰੀ ਸਾਨੂੰ ਮੇਰੇ ਪਿਓ ਹੋਰਾਂ ਨੂੰ 5 ਪੈਲੀਆਂ ਪਈਆਂ ਨੇ ਬਸ ਬਸ ਉੱਥੇ ਜ਼ਿਆਦਾ ਜ਼ਮੀਨ ਸੀ ਉੱਥੇ 3 ਖੂਹ ਸਨ ਸਾਡੇ ਚੱਲਦੇ ਹੁੰਦੇ ਸਨ
ਉਹ ਗਲਤੀ ਆਪਣੀ ਸੀ ਜੀ। ਉਹ ਪਤਾ ਕੀ ਕਰਦਾ, ਸਾਡੇ ਵਡੇਰੇ ਦੱਸਦੇ ਹੁੰਦੇ ਹਨ, ਮਾਮਲਾ ਦੇਣਾ ਨਾ ਪਟਵਾਰੀ ਨੂੰ, ਮਾਮਲਾ ਨਹੀਂ ਦੇਣਾ ਉਹਨੂੰ, ਚਾਰ ਪੈਸੇ ਦੇ ਛੱਡਣੇ, ਉਸ ਬਰਾਂ ਲਿਖ ਛੱਡਣੀ। ਇੱਥੇ ਦੇ ਇੱਥੇ ਦੇ ਆਪਣੇ ਆਹ ਨਹਿਰ ਹੈ ਨਾ, ਇਹਨੂੰ ਮਾਮਲਾ ਲੱਗਦਾ ਨਾ, ਤੇ ਲੱਗਦਾ ਉਹਨੂੰ ਵੀ ਸੀ, ਚਾਹੀ ਲੱਗਦੇ ਸੀ, ਚਾਹੀ ਬੋਲਦੇ ਹਨ, ਤੇ ਪਟਵਾਰੀ ਨੂੰ ਚਾਰ ਪੈਸੇ ਦੇਣੇ, ਉਹਨੇ ਬਰਾਂ ਲਿਖ ਛੱਡਣੀ। ਉਸ ਵਜ੍ਹਾ ਤੋਂ ਨਹੀਂ ਪਈਆਂ, ਉਦੋਂ ਵਜ੍ਹਾ ਤੋਂ ਘੱਟ ਪਾਈ ਬਹੁਤ ਜ਼ਿਆਦਾ। ਸਹੀ ਹੋ ਗਿਆ, ਸਹੀ ਹੋ ਗਿਆ। ਇੱਥੇ ਆ ਕੇ ਫਿਰ ਤੁਸੀਂ ਲੀਲ ਦੇ ਵਿੱਚ ਕਿਵੇਂ ਆਏ? ਫਿਰ ਤੁਸੀਂ ਗਰਮੋਲੇ ਬੈਠੇ ਸੀ? ਅਸੀਂ ਤਾਂ ਕਈ ਪਿੰਡ ਫਿਰੇ ਹਾਂ, ਇੱਕ ਗਰਮੂਲਾ ਕੀ, ਫਿਰ ਆ ਕੇ ਲੀਲ 'ਚ ਬੈਠੇ ਹਾਂ। ਕਿਹੜੇ ਕਿਹੜੇ ਪਿੰਡ ਫਿਰਿਆ ਵੀ ਦੱਸੋ। ਇੱਥੋਂ ਅਸੀਂ ਸ਼ੁਰੂ ਕੀਤਾ ਕੰਮ, ਚਲੋ ਵੀ ਸਿੰਧ ਚਲੀਏ, ਅਤੇ ਉੱਥੇ ਫਿਰ ਜਦੋਂ ਗਏ ਨਾ ਲਾਹੌਰ ਬਟਨ ਸਕੂਲ, ਇੱਥੇ ਇੱਕ ਬੜਾ ਤਕੜਾ, ਹਾਂਜੀ ਉਹ ਵਾਹਵਾ ਖੁੱਲ੍ਹਾ ਸੀ, ਉੱਥੇ ਜਾ ਕੇ ਵੜ ਗਏ, ਹਾਂਜੀ ਉੱਥੇ ਲਾਈਏ ਦੋ ਰਾਤਾਂ, ਸਹੀ, ਅਤੇ ਫਿਰ ਆਖਣ ਲੱਗੇ ਯਾਰ ਸਿੰਧ ਤਾਂ ਬੜੀ ਦੂਰ ਹੈ, ਹੁਣ ਕਿੱਥੇ ਜਾਵਾਂਗੇ। ਸਿੰਧ ਦਾ ਕਹਿੰਦੇ ਸੀ ਬਜ਼ੁਰਗ, ਉੱਥੇ ਚਲੀਏ, ਆ ਵੀ ਉੱਥੇ ਚਲੀਏ, ਅਤੇ ਸਿੰਧ ਨਾ ਗਏ ਤਾਂ ਫਿਰ ਅਸੀਂ ਚਲੇ ਗਏ ਗਾਜੀ ਕੱਕਾ ਪਿੰਡ ਹੈ, ਇਸ ਰੁੱਖ ਨੂੰ ਕਰਕੇ ਵਾਹਵਾ ਦੂਰ, ਉੱਥੇ ਚਲੇ ਗਏ, ਹਾਂ ਉੱਥੇ ਰਹੇ ਸਾਲ, ਉੱਥੇ ਰਹੇ, ਉੱਥੋਂ ਉੱਠੇ ਅਤੇ ਫਿਰ ਲਬਾਨ ਵਾਲੇ ਚਲੇ ਗਏ, ਫਿਰ ਉੱਥੇ ਰਹੇ ਕੋਈ ਸਾਲ ਕੁ, ਉੱਥੇ ਰਹੇ ਖਰੇ 6 ਮਹੀਨੇ ਰਹੇ ਮੇਰੇ ਖਰੇ, ਹਾਂ ਉੱਥੋਂ ਉੱਠੇ ਅਤੇ ਫਿਰ ਅਸੀਂ ਤਥਲੇ ਮੰਜਾਂ ਵਾਲੇ 4 ਸਾਲ ਅਸੀਂ ਇੱਥੇ ਰਹੇ, ਇੱਥੇ ਰਹੇ, ਹਾਂ ਪੂਰਾ ਪਿੰਡ ਤੁਹਾਡਾ ਇੱਥੇ ਬੈਠਾ ਕਿ? ਨਹੀਂ ਨਹੀਂ ਆਪਣਾ ਘਰ ਦੇ ਜੀ, ਬਸ ਆਪਣਾ ਕੁਣ ਬਾਈ, ਲਹਿਦਾ ਲਹਿਦਾ ਹੋ ਗਿਆ ਫਿਰ, ਹਾਂ ਉਹ ਪਤਾ ਨਹੀਂ ਲੱਗਾ ਖਰੇ ਕਿੱਧਰ ਕਿੱਧਰ ਨੂੰ ਗਏ ਨੇ। ਅੱਛਾ ਜੀ, ਹਾਂ ਕੋਈ 1000 ਥਾਂ ਬੈਠਿਆ ਹੋਣਾ ਸਾਡਾ ਪਿੰਡ, ਛੱਟਾ ਆ ਗਿਆ ਨਾ, ਛੱਟਾ ਆ ਗਿਆ ਨਾ, ਪੁਰਾਣੇ ਪਿੱਛੇ ਦੇ, ਪਿੱਛੇ ਦੇ ਹਾਂਜੀ, ਕਿਹੜੇ ਕਿਹੜੇ ਪਿੰਡਾਂ ਦੇ ਬੈਠੇ ਭਾਈ? ਕੋਈ ਪਤਾ ਨਹੀਂ ਮੈਨੂੰ, ਫਿਰ ਲੀਲ ਦੇ ਵਿੱਚ ਕਦੋਂ ਆਏ ਤੁਸੀਂ, ਕਿਹੜੇ ਸੰਨ ਚ ਆਏ? ਸੰਨ ਦਾ ਤੇ ਮੈਨੂੰ ਨਹੀਂ ਪਤਾ, ਹਾਂਜੀ ਤੇ ਤਤਲਿਆਂ ਅਸੀਂ 4 ਸਾਲ ਰਹੇ ਆ, ਸਹੀ ਮੰਜਾਂ ਵਾਲੀ, ਬਦਲ ਕੇ ਇੱਥੇ ਲਿਆਂਦੇ, ਠੀਕ ਹੈ।